ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੱਜ ਲਾਈਨ ਯੂਥ ਦਲ ਦੇ ਵਰਕਰਾਂ ਵੱਲੋਂ ਸਿਵਲ ਹਸਪਤਾਲ ਖਰੜ ਦੇ ਬਲੱਡ ਬੈਂਕ ਵਿੱਚ 4 ਯੂਨਿਟ ਖੂਨ ਦਾਨ ਕੀਤਾ ਗਿਆ, ਜਿਸ ਕਰਕੇ SDM ਖਰੜ ਲਾਈਨ ਯੂਥ ਟੀਮ ਦੇ ਖੂਨ ਦਾਨ ਕਰਨ ਵਾਲੇ ਵਰਕਰਾਂ ਨੂੰ ਸਨਮਾਨ ਕਰਕੇ ਗਏ। ਖਰੜ ਤੋਂ ਰਾਕੇਸ਼ ਭਾਰਦਵਾਜ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਹਾਂਜੀ ਕੁਲੀਨ ਵਰਮਾ ਜੀ, ਇਹ ਜਿਹੜਾ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਕਿ ਆਪਣੇ ਨੌਜਵਾਨ ਸਾਥੀਆਂ ਨੂੰ ਆਪਣੇ ਨਾਲ ਲੈ ਕੇ, ਇਹ ਬਹੁਤ ਹੀ ਵੱਡਾ ਯੋਗਦਾਨ ਜਿਹੜਾ ਤੁਸੀਂ ਸਰਕਾਰੀ ਕੰਮ ਵਿੱਚ ਪਾ ਰਹੇ ਹੋ, ਅਤੇ ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਔਰ ਇਸ ਚੀਜ਼ ਦੀ ਪ੍ਰੇਰਣਾ ਕਿੱਦਾਂ ਮਿਲੀ ਤੁਹਾਨੂੰ? ਜੀ ਆਪਣੇ ਸਾਥੀਆਂ ਨੂੰ ਧੰਨਵਾਦ ਕਰਦਾ ਜਿਹਨਾਂ ਨੇ ਬਦਲ ਬਣਿਆ ਹੈ, ਅਤੇ ਇੱਕ ਛੋਟੀ ਜਿਹੀ ਤਬੀਲ ਅਤੇ ਇੱਕ ਵੱਡੀ ਪੱਧਰ 'ਤੇ ਸਾਡੇ ਕੋਲ ਇੱਕ ਡੋਨਰਾਂ ਦੀ ਲਿਸਟ ਤਿਆਰ ਹੋਈ ਹੈ, ਅਤੇ ਸਾਡੇ ਭਰਾ ਸ਼ੁਰੂ ਤੋਂ ਹੀ ਦੇਸ਼ ਸੇਵਾ ਦੇ ਵਿੱਚ ਸਾਡੇ ਨਾਲ ਚੱਲ ਰਹੇ ਹਨ। ਸਟਾਰਟਿੰਗ ਤੋਂ ਹੀ ਜਿੱਦਾਂ ਲਾਕਡਾਊਨ ਹੋਇਆ ਹੈ, ਰਾਸ਼ਨ ਦੀ ਸੇਵਾ ਲਗਾਤਾਰ ਜਾਰੀ ਹੈ, ਖੁੱਲ੍ਹ ਕੇ ਚੱਲਦੇ ਹੁਣ ਖੋਲ੍ਹ ਦੀ ਜਿਵੇਂ ਸਾਨੂੰ ਪਤਾ ਲੱਗਿਆ ਸੀ ਕਿ ਨੀਡ ਹੈਗੀ ਆ, ਅਤੇ ਅਸੀਂ ਆਪਣੇ ਮੈਂਬਰਾਂ ਨੂੰ, ਵਲੰਟੀਅਰਾਂ ਨੂੰ ਇੱਕ ਚਿੱਠੀ ਲਿਖੀ, ਅਪੀਲ ਕੀਤੀ ਕਿ ਜਿਹੜੇ ਸਾਡੇ ਵੀਰ ਭਾਈ ਇੱਛੁਕ ਨੇ ਸਾਨੂੰ ਆਪਣੇ ਨਾਮ ਭੇਜੋ, ਅਤੇ ਇੱਕ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਲਿਫਟ ਤਿਆਰ ਹੋ ਗਈ ਹੈ। ਉਹ ਲਿਫਟ ਅਸੀਂ ਸਤਿਕਾਰਯੋਗ SDM ਸਾਹਿਬ ਕੋਲ ਪੇਸ਼ ਕੀਤੀ, ਉਹਨਾਂ ਨੇ ਹੰਗਾਰਾ ਭਰਦੇ ਹੋਏ ਇਹੀ ਕਿਹਾ ਹੈ ਕਿ ਤੁਸੀਂ ਜੇਕਰ 10-10 ਦੀ ਗਿਣਤੀ ਦੇ ਵਿੱਚ ਆਪਣੇ ਡੋਨਰਸ ਨੂੰ ਲਿਆਓ ਅਤੇ ਖੈੜ ਦੇ ਇਸ ਹੋਸਪਿਟਲ ਦੇ ਵਿੱਚ ਆਪਣੇ ਡੋਨਰਸ ਖੋਲ੍ਹ ਦਿਓ। ਧੰਨਵਾਦ ਜੀ। ਸਰ, ਇਹ ਜਿਹੜਾ ਨੌਜਵਾਨ ਇਹ ਲਾਈਨ ਯੂਥ ਕਲੱਬ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਇਸ ਆਪਣਾ ਸਰਕਾਰੀ ਹੋਸਪਿਟਲ ਬਲੱਡ ਬੈਂਕ ਦੇਣ ਵਾਸਤੇ, ਇਹਦੇ ਬਾਰੇ ਤੁਹਾਡੇ ਕੀ ਕੀ ਵਿਚਾਰ ਹੈ ਸਰ? ਇਹ ਜਿਹੜਾ ਉਪਰਾਲਾ ਸਰ ਇਹਨਾਂ ਨੌਜਵਾਨਾਂ ਨੇ ਕੀਤਾ ਹੈ, ਇਹ ਕਿੰਨੇ ਦਿਨ ਤੱਕ ਚੱਲਦਾ ਰਹੇਗਾ? ਕੋਈ ਸਾਡੇ ਵੱਲੋਂ ਕੋਈ ਆਪਾਂ ਉਹ ਕੀਤਾ ਹੋਏਗੀ 1 ਹਫ਼ਤਾ 2 ਹਫ਼ਤੇ, ਜਾਂ ਇਹਨਾਂ ਤੋਂ ਬਾਅਦ ਦੇ ਵਿੱਚ ਕੀ ਅਰੇਂਜਮੈਂਟ ਹੈ ਸਰਕਾਰ ਵੱਲੋਂ? ਜੋ ਉਪਰਾਲਾ ਅੱਜ ਕੀਤਾ, ਉਹਨੇ ਕੀਤਾ, ਅਸੀਂ ਰੂਟੀਨ ਬਣਾਤਾ 10-10 ਦੇ ਗਰੁੱਪ ਦੇ ਵਿੱਚ ਅਲਟਰਨੇਟ ਡੇ 'ਤੇ ਆ ਕੇ ਜਿਹੜੇ ਨੌਜਵਾਨ ਨੇ ਆਪਣਾ ਬਲੱਡ ਡੋਨੇਟ ਇੱਥੇ ਕਰ ਸਕਦੇ ਆ, ਔਰ ਸਾਡੇ ਵੱਲੋਂ ਅਰੇਂਜਮੈਂਟ ਪੂਰੇ ਕੀਤੇ ਆ, ਸੋਸ਼ਲ ਡਿਸਟੈਂਸਿੰਗ ਦੇ ਪ੍ਰੀਕੋਸ਼ਨ ਸਾਰੇ ਟੇਕ ਲੈਣ ਤੋਂ ਬਾਅਦ ਅਸੀਂ 10 ਬੰਦੇ ਹਰ ਰੋਜ਼ ਇੱਥੇ ਆ ਕੇ ਆਪਣਾ ਬਲੱਡ ਡੋਨੇਟ ਕਰ ਸਕਦੇ। ਥੈਂਕ ਯੂ ਸਰ, ਧੰਨਵਾਦ। ਹਾਂਜੀ, SMO ਸਾਹਿਬ, ਇਹ ਜਿਵੇਂ ਤੁਸੀਂ ਦੇਖਿਆ ਜੀ, ਮਾਨਯੋਗ SDM ਖਰੜ ਜਿਹੜੇ ਹੈ ਉਹ ਖੁਦ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਨੇ ਇਹਨਾਂ ਨੌਜਵਾਨਾਂ ਦਾ ਹੌਸਲਾ ਵਧਾਈ ਕਰਨ ਵਾਸਤੇ, ਅਤੇ ਜਿਹੜਾ ਹੋਸਪਿਟਲ ਪ੍ਰਸ਼ਾਸਨ ਵੱਲੋਂ ਇਹਨਾਂ ਨੌਜਵਾਨਾਂ ਵਾਸਤੇ ਕੀ ਸਹਿਯੋਗ ਰਹੇਗਾ ਕਿ ਜਿਹੜਾ ਇਹ ਕੰਮ ਲਗਾਤਾਰ ਚੱਲਦਾ ਰਹੇ? ਇਹਨਾਂ ਨੇ SDM ਸਾਹਿਬ ਦੇ ਕਹਿਣ 'ਤੇ ਸਾਡੇ ਇਕੱਲੇ ਬੋਰਡ 'ਤੇ ਇੱਥੇ ਸਾਡੇ ਕੋਲ ਆ ਕੇ ਖੂਨਦਾਨ ਦਾ ਇੱਕ ਉਪਰਾਲਾ ਕੀਤਾ ਹੈਗਾ ਜੀ। ਸਾਨੂੰ ਬਲੱਡ ਦੇ ਵਿੱਚ ਹੋਸਪਿਟਲ ਨੂੰ ਬਲੱਡ ਦੀ ਜ਼ਰੂਰਤ ਸੀਗੀ, ਅਤੇ SDM ਸਾਹਿਬ ਦੇ ਸਹਿਯੋਗ ਨਾਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਅਸੀਂ ਅੱਜ ਇੱਥੇ ਬਲੱਡ ਜਿਹੜਾ ਇਕੱਤਰ ਕਰ ਰਹੇ ਹਾਂ। ਇਹ 8-10 ਡੋਨਰਸ ਲੈ ਕੇ ਆਏ ਨੇ, ਅਤੇ ਇਹਨਾਂ ਨੇ ਵਿਸ਼ਵਾਸ ਦਵਾਇਆ ਵੀ ਅੱਗੇ ਤੋਂ ਵੀ ਅਸੀਂ ਇੱਦਾਂ ਕਰਦੇ ਰਹਾਂਗੇ, ਅਤੇ SDM ਸਾਹਿਬ ਦੇ ਕਹਿਣ 'ਤੇ ਆਪਾਂ ਜਿੱਦਾਂ ਕਿ COVID-19 ਦੀਆਂ ਹਦਾਇਤਾਂ ਅਨੁਸਾਰ ਹਰ ਅਲਟਰਨੇਟ ਡੇ 'ਤੇ ਸੋਸ਼ਲ ਡਿਸਟੈਂਸਿੰਗ ਰੱਖ ਕੇ ਹੋਰ ਵੀ ਜਿਹੜੇ ਪ੍ਰੀਕੋਸ਼ਨਸ ਆ ਉਹ ਲੈ ਕੇ ਆਪਾਂ ਤਕਰੀਬਨ 8-10 ਬੰਦਿਆਂ ਦਾ ਬਲੱਡ ਲਵਾਂਗੇ, ਅਤੇ ਜਿਹੜਾ ਕਿ ਸਾਡੇ ਹੋਸਪਿਟਲ ਚਲਾਉਣ ਲਈ ਬਹੁਤ ਸਹਾਇਕ ਹੋਏਗਾ। ਅਤੇ ਮੈਂ ਇਹਨਾਂ ਨੂੰ ਆਸ਼ਵਾਸਨ ਦਵਾਉਂਦਾ ਵੀ ਅਸੀਂ ਜੋ ਵੀ ਇਹਨਾਂ ਦੇ ਪਛਾਣ ਪੱਤਰ ਬਣਾਵਾਂਗੇ ਵੀ ਜੇ ਇਹਨਾਂ ਨੇ ਸਾਡੇ ਦੂਸਰੀ ਘੜੀ ਦੇ ਵਿੱਚ ਬਲੱਡ ਦੇ ਕੇ ਸਾਡੇ ਨਾਲ ਬਹੁਤ ਅੱਛਾ ਹੁੰਗਾਰਾ ਭਰਿਆ ਹੈਗਾ। ਅਤੇ ਮੈਂ SDM ਸਾਹਿਬ ਦਾ ਵੀ ਬੜਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਇਸ ਡੋਨਰ ਮੋਟੀਵੇਟ ਕਰਕੇ ਸਾਡੀ ਇਸ ਗੱਡੀ ਦੇ ਵਿੱਚ ਬਹੁਤ ਵਧੀਆ ਹਿੱਸਾ ਪਾਇਆ। ਅਤੇ ਮੈਂ ਗੁਰਦੀਪ ਵਰਮਾ ਜੀ ਦਾ ਵੀ ਬੜਾ ਧੰਨਵਾਦੀ ਹਾਂ ਵੀ ਇਹਨਾਂ ਨੇ ਆਪਣੇ ਜਿਹੜੇ ਡੋਨਰ ਲਿਆ ਕੇ ਸਾਡੇ ਨਾਲ ਬਹੁਤ ਵਧੀਆ ਕੰਮ ਕੀਤਾ ਹੈਗਾ, ਅਤੇ ਅੱਗੇ ਨੂੰ ਉਮੀਦ ਕਰਦਾ ਵੀ ਇੱਦਾਂ ਹੀ ਸਾਡੇ ਨਾਲ ਕੰਮ ਕਰਨਗੇ। ਅਤੇ ਮੈਂ ਬਾਕੀ ਹੋਰ ਇਹਨਾਂ ਦੇ ਸਰਟੀਫਿਕੇਟ ਬਣਵਾ ਕੇ ਦੇਵਾਂਗੇ ਕਿ ਇਹ ਕਿਸੇ ਹੋਰ ਅੱਗੇ ਨੂੰ ਵੀ ਇਹਨਾਂ ਨੂੰ ਕੋਈ ਲੋੜ ਪੈਂਦੀ ਹੈ ਜਾਂ ਕਿਤੇ ਉਹਨਾਂ ਦੀ ਵਰਤੋਂ ਹੋ ਸਕੇ। ਸਰ,
मीडिया के माध्यम राही तुम अपना सरकार को कोई यहोजी मांग मंगना चाहते हो कि जी खरड़ होस्पिटल में नहीं अवेलेबल कि जो पूरी होने तो बाद कोविड 19 के मरीजों का बड़ी आसानी नाल इलाज कर सको? सर वैसे तो जो भी रिक्वायर्ड है गवर्नमेंट सानू पूरा सहयोग दे रही है भी साढ़े को जो पीपी किट्स मास्क ने N95 तो होर सारा कुछ सानू उपलब्ध करवाया जा रहा है। मैं फिर भी आप दे मीडिया के थ्रू एक तो लोगों को बेनती करना चाहता है भी जेडे सरकार तो देखो अपने लैवल से काम कर ही रही है, मैं लोगों के सहयोग की भी पुरजोर अपील करता है कि वो लोग इस लड़ाई में लड़न लई अपने घर रह के सेफ रहो, स्टे एट होम एंड स्टे सेफ, वो इस अपने आप भी सेफ रहेंगे तो सानू सोसाइटी के सेवा करने लिए भी सानू बड़ा वधिया लगेगा क्योंकि असी तो देखो हुण आना ही हैगा तो असी बीमारी की जिहड़ी हैगी आ उहदी सेवा के लिए असी बड़े तत्पर हैं। साडियां टीमां साडे डॉक्टर सी पी सिंह डॉक्टर ईशान शर्मा जिहड़े कि नोडल अफसर ने उन्हां दी टीम सारे दिन रात समझो पूरी सरगर्म रहती है कि भी कोई भी सू सैंपल लेना पवे तो डॉक्टर साहब बिना किसी ग्रेज तो उसे सैंपल लैके आते फील्ड में भी तो हॉस्पिटल में। साडी मीडिया की हाथ जोड़ के यही रब अगे अरदास है कि तुसी डॉक्टर साहिबान इदा ही कुशल मंगल रहो और मरीजों की इदा ही सेवा करते रहो। इंडिया क्राइम न्यूज़, जुर्म के